ਜਦੋਂ ਰੋਪੜ ਦੇ ਪਠਾਣਾ ਨੇ ਬੇਈਮਾਨ ਹੋ ਗਏ ਉਹਨਾਂ ਨੇ ਗੁਰੂ ਸਾਹਿਬ ਤੇ ਹੀ ਹਮਲਾ ਕਰ ਦਿੱਤਾ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਸੀ ਕਿ ਅਸੀਂ ਹੁਣ ਸਾਡੇ ਮਿੱਤਰ ਕਹਿ ਲਿਏ ਅਸੀਂ ਸਾਡੇ ਸੇਵਕ ਕਹਿ ਲਿਏ ਅਸੀਂ ਨਿਹੰਗ ਖਾਂ ਦੇ ਕੋਲ ਕੋਟਲੇ ਜਾਵਾਂਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜੀ ਵੀ ਜੇ ਤੁਹਾਡੀ ਬਾਹ ਨੂੰ ਦੰਗੀ ਕਰਕੇ ਤੇਲ ਦੇ ਅੰਦਰ ਪਾਓ ਤੇ ਉਸ ਤੇਲ ਦੀ ਲਿਬੜੀ ਹੋਈ ਬਾਹ ਨੂੰ ਤਿਲਾਂ ਦੇ ਵਿੱਚ ਪਾਓ ਤੇ ਜਿੰਨੇ ਤਿਲ ਤੁਹਾਡੀ ਬਾਹ ਨੂੰ ਲੱਗ ਜਾਣ ਮੁਸਲਮਾਨ ਓਨੀਆਂ ਕਸਮਾਂ ਖਾਣ ਉਹਨਾਂ ਤੇ ਇਤਵਾਰ ਨਾ ਕਰਿਓ ਪਾਲਤ ਪੁੱਤਰ ਬਾਬਾ ਜੋਰਾਵਰਸੀ ਨੂੰ ਘੋੜੇ ਤੇ ਪਾ ਕੇ ਤੇ ਬਚਿੱਤਰ ਸਿੰਘ ਨੂੰ ਘੋੜੇ ਤੇ ਪਾ ਕੇ ਇਸੇ ਕਿਲੇ ਦੇ ਵਿੱਚ ਲਿਉਂਦਾ ਜਾਂਦਾ। ਗੁਰੂ ਜੀ ਕਿਲਾ ਕਨੌਲੀ ਤੋਂ ਰੋਪੜਵਾਲੂ ਚੱਲ ਪੈਂਦੇ ਨੇ। ਗੁਰੂ ਜੀ ਦੇ ਕੋਲ ਰੋਪੜ ਦੇ ਪਠਾਨ ਨੌਕਰੀ ਕਰਿਆ ਕਰਦੇ ਸਨ। ਗੁਰੂ ਜੀ ਨੂੰ ਲੱਗਦਾ ਕਿ ਉਹ ਪਠਾਨ ਇਸ ਵਕਤ ਉਹਨਾਂ ਦੀ ਮਦਦ ਕਰਨਗੇ। ਪਰ ਪਠਾਨ ਬੇਈਮਾਨ ਹੋ ਜਾਂਦੇ ਨੇ ਤੇ ਗੁਰੂ ਜੀ ਉਹਨਾਂ ਨਾਲ ਲੜਾਈ ਲੜਦੇ ਨੇ ਤੇ ਫਿਰ ਨਿਹੰਗ ਖਾਂ ਕੋਟਲੇ ਆ ਜਾਂਦੇ ਨੇ ਜਿੱਥੇ ਗੁਰੂ ਜੀ ਦੇ ਨਾਲ ਉਹਨਾਂ ਦਾ ਅਥਾਪ ਪ੍ਰੇਮ ਸੀ ਔਰ ਕਈ ਪਾਤਸ਼ਾਹੀਆਂ ਨਾਲ ਕੋਟਲਾ ਨਿਹੰਗ ਖਾਂ ਦਾ ਸਬੰਧ ਸੀ ਆਓ ਜਾਣੀਏ ਆਪਾਂ ਇਤਿਹਾਸ ਨੂੰ ਵੀ ਕੀ ਸਬੰਧ ਸੀ ਸਾਰੀਆਂ ਪਾਤਸ਼ਾਹੀਆਂ ਨਾਲ ਅਸੀਂ ਪਹੁੰਚੇ ਹਾਂ ਜੀ ਰੋਪੜ ਸ਼ਹਿਰ ਰੋਪੜ ਸ਼ਹਿਰ ਵੱਲ ਨੂੰ ਹੁੰਦੇ ਹੋਏ ਜੋ ਹਾਈਵੇ ਆਨੰਦਪੁਰ ਸਾਹਿਬ ਆਉਂਦਾ ਓਸੇ ਰੋਡ ਦੇ ਉੱਤੇ ਚੰਡੀਗੜ੍ਹ ਤੋਂ ਆਨੰਦਪੁਰ ਸਾਹਿਬ ਵੱਲ ਜਾਂਦੇ ਆ ਹੋਇਆਂ ਸੱਜੇ ਪਾਸੇ 메ਨ ਗੇਟ ਹੈ ਜਿੱਥੇ ਲਿਖਿਆ ਗੁਰਦੁਆਰਾ ਪੱਠਾ ਸਾਹਿਬ ਕੁਝ ਕੁ ਕਦਮਾਂ ਦੀ ਦੂਰੀ ਦੇ ਉੱਤੇ ਸੱਜੇ ਪਾਸੇ ਗੁਰਦੁਆਰਾ ਪੱਠਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਆ ਜੀ ਇਸ ਤੋਂ ਨਾਲ ਹੀ ਫਾਟਕ ਨੂੰ ਪਾਰ ਕਰਦੇ ਆ ਹੋਇਆਂ ਪਿੰਡ ਹੈ ਜੀ ਪਿੰਡ ਦਾ ਨਾਮ ਹੈ ਕੋਟਲਾ ਨਿਹੰਗਖਾਂ ਇਸ ਪਿੰਡ ਦਾ ਨਾਮ ਕਿਵੇਂ ਪਿਆ ਤੇ ਜਿੱਦਾਂ ਹੀ ਅਸੀਂ ਪਿੰਡ ਵਿੱਚ ਪਹੁੰਚਾਂਗੇ ਵੱਡਾ ਗੇਟ ਪਾਰ ਕਰਦੇ ਹਾਂ ਬਾਬਾ ਬਲਬੀਰ ਸਿੰਘ ਜੀ ਉਹਨਾਂ ਦੇ ਕੋਲ ਇਹ ਗੜੀ ਅੱਜ ਇਹ ਛੋਟਾ ਕਿਲਾ ਮੌਜੂਦ ਹੈ ਇਹ ਕਿਲਾ ਜੀ ਨਿਹੰਗ ਖਾਂ ਦਾ ਇਸੇ ਕਿਲੇ ਦੇ ਵਿੱਚ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਰੋਪੜ ਦੇ ਪਠਾਣਾ ਨੇ ਬੇਈਮਾਨ ਹੋ ਗਏ ਉਹਨਾਂ ਨੇ ਗੁਰੂ ਸਾਹਿਬ ਤੇ ਹੀ ਹਮਲਾ ਕਰ ਦਿੱਤਾ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਸੀ ਕਿ ਅਸੀਂ ਹੁਣ ਸਾਡੇ ਮਿੱਤਰ ਕਹਿ ਲਿਏ ਅਸੀਂ ਸਾਡੇ ਸੇਵਕ ਕਹਿ ਲਿਏ ਅਸੀਂ ਨਿਹੰਗ ਖਾਂ ਦੇ ਕੋਲ ਕੋਟਲੇ ਜਾਵਾਂਗੇ ਨਿਹੰਗ ਖਾਂ ਦੇ ਨਾਲ ਪ੍ਰੇਮ ਕਿੱਥੋਂ ਬਣਦਾ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਸਿੱਖ ਹੁੰਦਾ ਉਹਦਾ ਨਾਮ ਹੈ ਜੀ ਸ਼ਮਸ਼ਖਾ ਕਈ ਪਿੰਡਾਂ ਦਾ ਮਾਲਕ ਹੈ ਸ਼ਮਸ਼ਖਾ ਇਹਦੇ ਔਲਾਦ ਨਹੀਂ ਹੈ ਜਦੋਂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਕੋਲ ਬੇਨਤੀ ਕਰਦਾ ਕਿ ਪਾਤਸ਼ਾਹ ਮੇਰੇ ਕੋਲ ਔਲਾਦ ਨਹੀਂ ਹੈ ਕਿੰਨੇ ਪਿੰਡਾਂ ਦਾ ਮੈਂ ਚੌਧਰੀ ਵੀ ਆਂ ਕਿਰਪਾ ਕਰੋ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਵਚਨ ਕੀਤੇ ਤੁਹਾਡੇ ਦੋ ਪੁੱਤਰ ਹੋਣਗੇ ਜਿਹੜਾ ਤੁਹਾਡੇ ਵੱਡਾ ਪੁੱਤਰ ਹੋਏਗਾ ਉਹਦਾ ਨਾਮ ਰੱਖਣਾ ਨਿਹੰਗ ਖਾ ਤੇ ਸਮਾਂ ਪਾਇਆ ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਪੁੱਤਰ ਨੇ ਜਨਮ ਲਿਆ ਇਹ ਗੁਰੂ ਸਾਹਿਬ ਕੋਲ ਲੈ ਕੇ ਗਏ ਤਾਂ ਉਸ ਬੱਚੇ ਦਾ ਨਾਮ ਰੱਖਿਆ ਨਿਹੰਗ ਖਾਂ ਹੁਣ ਇਹੀ ਨਿਹੰਗ ਖਾਂ ਦੇ ਨਾਲ ਪ੍ਰੇਮਵਦ ਦਾ 6ਵੇਂ ਪਾਤਸ਼ਾਹ ਜੀ ਦਾ 7ਵੇਂ ਪਾਤਸ਼ਾਹ ਜੀ ਦਾ 8ਵੇਂ ਪਾਤਸ਼ਾਹ ਮਹਾਰਾਜ ਜੀ ਦਾ ਤੇ 9ਵੇਂ ਪਾਤਸ਼ਾਹ ਮਹਾਰਾਜ ਜੀ ਤੱਕ ਤੇ 10ਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੋਰ ਵੀ ਜਿਆਦਾ ਪ੍ਰੇਮ ਸਬੰਧ ਬਣ ਜਾਂਦੇ ਨੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪੰਘਾੜੀ ਦਾ ਯੁੱਧ ਜਿੱਤ ਕੇ ਆਨੰਦਪੁਰ ਸਾਹਿਬ ਨੂੰ ਜਾਂਦੇ ਨੇ ਤਾਂ ਸਮਸ਼ਖਾ ਬੇਨਤੀ ਕਰਦਾ ਸੱਚੇ ਪਾਤਸ਼ਾਹ ਤੁਸੀਂ ਮੇਰੇ ਕਿਲੇ ਵਿੱਚ ਆ ਕੇ ਜਾਇਓ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਹੰਗ ਖਾਂ ਦੇ ਕਿਲੇ ਦੇ ਵਿੱਚ ਇਹ ਕਿਲਾ ਜਿਹੜਾ ਆਪ ਜੀ ਦਰਸ਼ਨ ਕਰ ਰਹੇ ਹੋ ਇਸੇ ਕਿਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਉਂਦੇ ਨੇ ਹੁਣ ਕਿੱਡੀ ਵੱਡੀ ਭਾਈ ਚਾਰ ਕਿਸਾਂਝ ਦੇਖੀ ਆਪਾਂ ਕਿ ਨਿਹੰਗ ਖਾਨ ਦਾ ਬੇਟਾ ਆਲਮ ਖਾਨ ਹੈ ਆਲਮ ਖਾਨ ਦੀ ਮੰਗਣੀ ਤੈਅ ਕੀਤੀ ਜਾਂਦੀ ਹੈ ਜਦੋਂ ਆਲਮ ਖਾਨ ਦੀ ਮੰਗਣੀ ਤੈਅ ਕੀਤੀ ਜਾਂਦੀ ਹੈ ਤੇ ਨਿਹੰਗ ਖਾਨ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਜਾਂਦੇ ਨੇ ਬਚਨ ਕਰਦੇ ਨੇ ਪਾਤਸ਼ਾਹ ਜੀ ਕਿ ਮੇਰੇ ਬੇਟੇ ਦੀ ਮੰਗਣੀ ਤੈਅ ਹੋਈ ਹੈ ਤੇ ਆਪ ਜੀ ਜ਼ਰੂਰ ਆਇਓ ਉਸੇ ਮੰਗਣੀ ਦੇ ਵਿੱਚ ਹੁਣ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਜੀ ਵਾਰ ਆਲਮ ਖਾਨ ਦੀ ਮੰਗਣੀ ਤੇ ਆਉਂਦੇ ਨੇ ਆਲਮ ਖਾਨ ਦਾ ਜਿਹੜਾ ਨਿਕਾਹ ਹੁੰਦਾ ਉਹ ਰਾਏ ਕੱਲਾ ਦੀ ਬੇਟੀ ਦੇ ਨਾਲ ਇਹਦਾ ਨਿਕਾਹ ਹੁੰਦਾ ਹੁਣ ਜਿਹੜਾ ਰਾਏ ਕੱਲਾ ਏ ਬੜਾ ਲੰਬਾ ਇਤਿਹਾਸ ਜੋੜਾਂਗੇ ਤੁਹਾਡੇ ਨਾਲ ਇਹ ਇਤਿਹਾਸ ਨੂੰ ਅੱਗੇ ਜਾ ਕੇ ਅਸੀਂ ਸਬੰਧ ਜੋੜਾਂਗੇ ਤੇ ਮੈਂ ਥੋੜਾ ਜਿਹਾ ਦੱਸ ਦਵਾਂ ਕੀ ਜਿਹੜਾ ਰਾਏ ਕੱਲਾ ਰਾਏ ਕੱਲਾ ਦਾ ਨੌਕਰ ਨੂਰਾ ਮਾਹੀ ਨੂਰਾ ਮਾਹੀ ਦੀ ਭੈਣ ਹੈ ਰਜੀਆ ਉਹ ਰਜੀਆ ਜਿਹਨੇ ਛੋਟੇ ਸਹਿਬ ਜਾਦਿਆਂ ਦਾ ਆਪਣੇ ਅੱਖੀਂ ਸ਼ਹੀਦੀ ਹੁੰਦੀ ਵੇਖੀ ਹੈ ਤੇ ਉਹੀ ਦੱਸਦੀ ਆ ਆਕੇ ਗੁਰਗੋਬਿੰਦ ਸਿੰਘ ਮਹਾਰਾਜ ਨੂੰ ਕਿਵੇਂ ਤੁਹਾਡੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ ਕਿੱਦਾਂ ਗੁਰਗੋਬਿੰਦ ਸਿੰਘ ਜੀ ਰਾਏ ਕੱਲਾ ਪਹੁੰਚਦੇ ਨੇ ਕਿੱਡਾ ਪ੍ਰੇਮ ਹੈ ਹੁਣ ਦੂਜੇ ਪਾਸੇ ਇੱਕ ਹੋਰ ਸੰਬੰਧ ਜੁੜਦਾ ਹੈ ਜਿਹੜਾ ਕੋਟਲਾ નિਹੰਗ ਖਾਂ ਜਿੱਥੇ ਅਸੀਂ ਖੜੇ ਆਂ નિਹੰਗ ਖਾਂ ਦਾ ਪਿਤਾ ਸ਼ਮਸ਼ ਖਾਂ ਸ਼ਮਸ਼ ਖਾਂ ਦੀ ਭੈਣ ਆ ਬੀਬੀ ਉਮਰੀ ਬੀਬੀ ਉਮਰੀ ਦੇ ਦੋ ਪੁੱਤਰ ਨੇ ਇੱਕ ਦਾ ਨਾਮ ਆ ਨਬੀ ਖਾਂ ਇੱਕ ਦਾ ਨਾਮ ਆ ਗਨੀ ਖਾਂ ਇਹ ਘੋੜਿਆਂ ਦੇ ਵਪਾਰੀ ਨੇ ਤੇ ਗੁਰਗੋਬਨ ਸਿੰਘ ਮਹਾਰਾਜ ਦੇ ਕੋਲ ਘੋੜੇ ਲੈ ਕੇ ਆਉਂਦੇ ਨੇ ਇਹ ਤੇ ਗੁਰਗੋਬਨ ਸਿੰਘ ਮਹਾਰਾਜ ਜੀ ਇਹਨਾਂ ਦੇ ਕੋਲ ਵੀ ਜਾਣਗੇ ਜੀ ਕਿੱਡਾ ਵੱਡਾ ਪ੍ਰੇਮ ਆ ਇੱਕ ਜਗ੍ਹਾ ਮੈਂ ਇਹ ਸੁਣ ਰਿਹਾ ਸੀ ਇੱਕ ਸਾਡਾ ਹੀ ਪ੍ਰਚਾਰਕ ਇਹ ਕਹਿ ਰਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜੀ ਵੀ ਜੇ ਤੁਹਾਡੀ ਬਾਹ ਨੂੰ ਦੰਗੀ ਕਰਕੇ ਤੇਲ ਦੇ ਅੰਦਰ ਪਾਓ ਤੇ ਉਸ ਤੇਲ ਦੀ ਲਿਬੜੀ ਹੋਈ ਬਾਹ ਨੂੰ ਤਿਲਾਂ ਦੇ ਵਿੱਚ ਪਾਓ ਤੇ ਜਿੰਨੇ ਤਿਲ ਤੁਹਾਡੀ ਬਾਹ ਨੂੰ ਲੱਗ ਜਾਣ ਮੁਸਲਮਾਨ ਓਨੀਆਂ ਕਸਮਾਂ ਖਾਣ ਉਹਨਾਂ ਤੇ ਇਤਵਾਰ ਨਾ ਕਰਿਓ ਕਿਵੇਂ ਕਹਿ ਸਕਦੇ ਨੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਤਾਂ ਆਪ ਇਹਨਾਂ ਦੇ ਨਾਲ ਵਰਤਦੇ ਪਏ ਨੇ ਪਾਤਸ਼ਾਹ ਮੰਗਣੀ ਤੇ ਆਉਂਦੇ ਪਏ ਨੇ ਉਹੀ ਨਬੀ ਖਾਂ ਤੇ ਗਨੀ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉੱਚਾ ਪੀਰ ਬਣਾ ਰਹੇ ਨੇ ਅੱਗੇ ਜਾ ਕੇ ਸਾਰਾ ਇਤਿਹਾਸ ਨਾਲ ਜੋੜਾਂਗੇ ਅਸੀ ਜੀ ਜੁੜੇ ਰਹਿਣਾ ਕਿਉਂਕਿ ਇਹ ਲੜੀ ਜਿਹੜੀ ਹੈ ਨਾ ਦਾਸ ਤਾਂ ਸਫਰੇ ਸ਼ਹਾਦਤ ਇਹ ਬੜੀ ਦੂਰ ਤੱਕ ਲੜੀ ਨੂੰ ਇਤਿਹਾਸ ਨੂੰ ਜੋੜ ਕੇ ਚੱਲਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਪਿਆਰ ਸੀ ਨਿਹੰਗ ਖਾਂ ਦੇ ਨਾਲ ਤੇ ਆਲਮ ਖਾਂ ਦੀ ਮੰਗਣੀ ਤੇ ਗੁਰਗੋਬਨ ਸਿੰਘ ਜੀ ਆਉਂਦੇ ਨੇ ਹੁਣ ਦੂਜੇ ਪਾਸੇ ਆਪਾਂ ਵੇਖੀਏ ਤਾਂ ਉਹ ਵੀ ਪਠਾਨ ਨੇ ਘੋੜੇ ਜੋੜੇ ਉਹਨ ਦੇ ਤੇ ਨਾਮ ਭਏ ਬੇਈਮਾਨ ਨਾਏ ਕਮ ਉਹ ਬੇਈਮਾਨ ਹੋ ਗਏ ਤੇ ਉਹਨਾਂ ਦੇ ਨਾਲ ਗੁਰਗੋਬਨ ਸਿੰਘ ਮਹਾਰਾ ਨੇ ਦੋ ਦੋ ਹੱਥ ਕੀਤੇ ਨੇ ਹੁਣ ਪਤਾ ਸੀ ਪਾਤਸ਼ਾਹ ਨੂੰ ਪਾਤਸ਼ਾਹ ਜੀ ਆਪ ਇਸ ਕਿਲੇ ਦੇ ਵਿੱਚ ਆ ਜਾਂਦੇ ਨੇ ਪਹੁੰਚ ਜਾਂਦੇ ਨੇ ਇਸ ਕਿਲੇ ਦੇ ਵਿੱਚ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਪਲੰਗ ਡਾਹਿਆ ਜਾਂਦਾ 38 ਸਿੰਘ ਨਾਲ ਨੇ ਜੀ ਉਸ ਸਮੇਂ ਉਸ ਤੋਂ ਬਾਅਦ ਜਦੋਂ ਗੁਰਗੋਬਿੰਦ ਸਿੰਘ ਮਹਾਰਾਜੇ ਆਉਂਦੇ ਨੇ ਬਾਅਦ ਵਿੱਚ ਬਾਬਾ ਅਜੀਤ ਸਿੰਘ ਜੀ ਹੁਣ ਆਪਾਂ ਹੋਰ ਪਿੱਛੇ ਚੱਲਦੇ ਆਂ ਮਲਕਪੁਰ ਰੰਗੜਾਂ ਦੀ ਗੱਲ ਕੀਤੀ ਤੁਹਾਡੇ ਨਾਲ ਮਲਕਪੁਰ ਰੰਗੜਾਂ ਦੇ ਵਿੱਚ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਜੀ ਆਹ ਜਿਹੜਾ ਸਥਾਨ ਵੇਖ ਰਹੇ ਹੋ ਨਾ ਤੁਸੀਂ ਜੀ ਇਹ ਗੁਰਦੁਆਰਾ ਸਾਹਿਬ ਦੇ ਇਸ ਕਿਲੇ ਦੇ ਪਿੱਛੇ ਗੁਰਦੁਆਰਾ ਬਾਬਾ ਜੋਰਾਵਾਰ ਸਿੰਘ ਜੀ ਇਹ ਆਸਥਾਨ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਜੀ ਦਾ ਬੜਾ ਲੰਮਾ ਇਤਿਹਾਸ ਆ ਬਾਬਾ ਜੋਰਾਵਾਰ ਸਿੰਘ ਦਾ ਟੂਕ ਮਾਤਰ ਦੱਸ ਕੇ ਅਸੀਂ ਚੱਲਾਂਗੇ ਜੀ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਨੂੰ ਘੋੜੇ ਤੇ ਪਾ ਕੇ ਤੇ ਬਚਿੱਤਰ ਸਿੰਘ ਨੂੰ ਘੋੜੇ ਤੇ ਪਾ ਕੇ ਇਸੇ ਕਿਲੇ ਦੇ ਵਿੱਚ ਲਿਉਂਦਾ ਜਾਂਦਾ ਤੇ ਬਹੁਤ ਜ਼ਖਮੀ ਹਾਲਾਤ ਵਿੱਚ ਨੇ 22 ਫੱਟ ਜਿਹੜੇ ਨੇ ਉਹ ਲੱਗੇ ਸੀ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਜੀ ਦੇ ਤਰਖਾਨ ਪਰਿਵਾਰ ਦੇ ਵਿੱਚੋਂ ਸੀ ਬੜਾ ਲੰਮਾ ਇਤਿਹਾਸ ਹੈ ਇਹਨਾਂ ਦਾ ਆਪਜੀ ਨਾਲ ਫਿਰ ਜ਼ਰੂਰ ਦੱਸਣਾ ਕਿ ਇਸ ਪੂਰੇ ਇਤਿਹਾਸ ਦੀ ਲੜੀ ਆਪਜੀ ਨਾਲ ਸਾਂਝੀ ਕੀਤੀ ਜਾਵੇ ਤੇ ਪਾਲਤ ਪੁੱਤਰ ਬਾਬਾ ਜੋਰਾਵਾ ਸਿੰਘ ਨੂੰ ਬੱਗਾ ਸਿੰਘ ਤੇ ਗੁਰਸਾ ਸਿੰਘ ਇਥੋਂ ਮਾਈ ਭੂਪਾ ਦੇ ਕੋਲ ਪਿੰਡ ਡਢਹੇੜੀ ਪਹਚਾ ਦਿੰਦੇ ਨੇ ਡੜਹੀੜੀ ਪਿੰਡ ਰਹਿੰਦੇ ਨੇ ਪਾਲ ਪੁੱਤਰ ਬਾਬਾ ਜੋਰਾਵਰ ਸਿੰਘ ਜੀ ਡੜਹੀੜੀ ਪਿੰਡ ਤੋਂ ਚੱਲ ਕੇ ਪਿੰਡ ਉਗਾਣੇ ਸਾਧੂ ਭਜਨ ਦਾਸ ਦੇ ਕੋਲ ਜਾਂਦੇ ਨੇ ਸਾਧੂ ਭਜਨ ਦਾਸ ਇਹਨਾਂ ਦਾ ਇਲਾਜ ਕਰਦਾ ਉਸ ਤੋਂ ਬਾਅਦ ਖਿજરાਬਾਦ ਜਾਂਦੇ ਨੇ ਖਿજરાਬਾਦ ਕਾਫੀ ਟਾਈਮ ਰਹਿੰਦੇ ਨੇ 20 ਸਾਥੀਆਂ ਨੂੰ ਨਾਲ ਆਪਣੇ ਚੁਣਦੇ ਨੇ ਅੱਜ ਵੀ ਬਾਬਾ ਜੋਰਾਵਰ ਸਿੰਘ ਦੇ ਖਿજરાਬਾਦ ਦੇ ਵਿੱਚ ਵਸਤਰ ਪਏ ਹੋਏ ਨੇ ਜੀ ਤਸੀਂ ਦਰਸ਼ਨ ਕਰ ਸਕਦੇ ਹੋ ਜਾ ਕੇ ਖਿਦਰਾਬਾਦ ਦੇ ਉਦੋਂ ਬਾਅਦ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਿਨਾ ਮੈਂ ਨਹੀਂ ਰਹਿ ਸਕਦਾ ਉਤੋਂ ਫਿਰ 20 ਸਾਥੀਆਂ ਨੂੰ ਨਾਲ ਲੈ ਕੇ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਜੀ ਉਤੋਂ ਚੱਲਦੇ ਨੇ ਦਮਦੂਆ ਸਹਿ ਪਹੁੰਚਦੇ ਨੇ ਪਤਾ ਲੱਗਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿੱਲੀ ਵੱਲ ਚਲੇ ਗਏ ਨੇ ਪਤਾ ਲੱਗਦਾ ਹੋਰ ਅੱਗੇ ਚਲੇ ਗਏ ਨੇ ਆਗਰੇ ਆਗਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਰਾ ਆਜ਼ਮ ਨੂੰ ਮਾਰ ਕੇ ਜਦੋਂ ਵਾਪਸ ਜਾਂਦੇ ਨੇ ਤਾਂ ਇੱਕ ਜਗ੍ਹਾ ਹੁੰਦੀ ਹੈ ਜੀ ਇਦਮਾਤਪੁਰ ਇਦਮਾਤਪੁਰ ਕੋਈ ਆਸਾਨ ਨਹੀਂ ਬਣਿਆ ਇੱਕ ਤਲਾਓ ਬਣਿਆ ਸੰਘਾੜੇ ਮਿਲਦੇ ਨੇ ਉੱਤੇ ਤਲਾਓ ਦੇ ਵਿੱਚ ਜੀ ਉਹਨੂੰ ਬੁੜੀ ਕਾ ਬੁੜੀਆ ਤਾਲ ਬੋਲਦੇ ਨੇ ਉਸ ਜਗ੍ਹਾ ਤੇ ਇਦਮਾਤਪੁਰ ਦੇ ਵਿੱਚ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਦਾ ਤੇ ਗੁਰੂ ਗੋਬਿੰਦ ਸਿੰਘ ਦਾ ਮੇਲ ਹੁੰਦਾ ਫਿਰ ਪਾਤਸ਼ਾਹ ਜੀ ਨੂੰ ਘਰ ਲੱਕੇ ਰੁੰਦਾ ਪਾਸ਼ਾ ਵੱਡੇ ਸਾਹਿਬ ਜਾਦਿਆਂ ਨਾਲ ਕੀ ਬਣਿਆ ਕਿਉਂਕਿ ਇੱਥੋਂ ਵਿਛੜ ਜਾਂਦਾ ਪਾਲਤ ਪੁੱਤਰ ਜੋਰਾਵਰ ਸਿੰਘ ਪਾਸ਼ਾ ਜੀ ਜਿਹੜਾ ਮਾਣ ਉਹਨਾਂ ਨੂੰ ਮਿਲਿਆ ਮੈਂ ਵੀ ਤੁਹਾਡਾ ਪੁੱਤਰ ਐ ਤੇ ਉਹ ਮਾਣ ਮੈਨੂੰ ਵੀ ਕਦੋਂ ਮਿਲੇਗਾ ਪਾਸ਼ਾ ਕਹਿੰਦੇ ਤੈਨੂੰ ਵੀ ਉਹ ਮਾਣ ਮਿਲੇਗਾ ਕਿਉਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ आनंदपुर ਰਹਿੰਦੇ ਹੋਇਆ ਜਦੋਂ ਇਹਨਾਂ ਦੀ ਮਾਤਾ ਤੇ ਪਿਤਾ ਬੱਸੀ ਪਠਾਣਾ ਤੋਂ ਨਾਲ ਲੈ ਕੇ ਗਏ ਸੀ ਨੱਥੂ RAM ਲੋਟੇ ਦਾ ਪੁੱਤਰ ਸੀ ਬਾਬਾ ਜੋਰਾਵਾਰ ਸਿੰਘ ਜੀ ਇਹਦਾ ਨਾਮ ਜੋਰਾਵਾਰ ਸਿੰਘ ਨਹੀਂ ਸੀ ਇਹਦਾ ਨਾਮ ਕੋਈ ਹੋਰ ਸੀ ਸਹਿਬਜ਼ਾਦਿਆਂ ਦੀ ਘੋਲ ਹੋ ਰਹੀ ਸੀ ਉਸ ਘੋਲ ਦੇ ਵਿੱਚ ਇੱਕ ਸਹਿਬਜ਼ਾਦੇ ਨੂੰ ਇਸ ਨੇ ਢਾ ਲਿੱਤਾ ਤੇ ਸਿੰਘਾ ਨੇ ਸ਼ਿਕਾਇਤ ਕੀਤੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਜਾ ਕੇ ਪਾਸ਼ਾ ਜੀ ਤੇ ਤੁਹਾਡੇ ਪੁੱਤਰ ਨੂੰ ਤਰਖਾਣਾ ਦੇ ਬੱਚੇ ਨੇ ਢਾਲ ਲਿਆ ਤੈਨੂੰ ਸਜ਼ਾ ਦਿਓ ਉਹਦੀ ਮਾਂ ਨੂੰ ਜਾ ਕੇ ਕਿਹਾ ਤੁਸੀਂ ਕੱਲ ਦੇ ਆਇਓ ਤੇ ਮੁਕਾਬਲੇ ਕਰਦੇ ਹੋ ਗੁਰਗੋਬਿੰਦ ਸਿੰਘ ਦੇ ਪੁੱਤਰਾਂ ਦੇ ਨਾਲ ਤੇਰੇ ਪੁੱਤਰ ਤੋਂ ਗਲਤੀ ਬਖਸ਼ਾ ਜਾ ਕੇ ਤੇ ਉਹ ਮਾਤਾ ਆ ਕੇ ਗੁਰਗੋਬਿੰਦ ਸਿੰਘ ਪਾਸ਼ਾ ਨੂੰ ਕਹਿੰਦੀ ਹੈ ਪਾਸ਼ਾ ਜੀ ਮੇਰੇ ਪੁੱਤ ਤੋਂ ਗਲਤੀ ਹੋ ਗਈ ਐਸੀ ਸਜ਼ਾ ਦਿਓ ਇਹਨੂੰ ਕੱਲ ਨੂੰ ਤੁਹਾਡੇ ਪੁੱਤਾਂ ਦੀ ਬਰਾਬਰੀ ਨਾ ਕਰੇ ਗੁਰੂ ਗੋਵਿੰਦ ਸਿੰਘ ਸਾਹਿਬ ਕਹਿੰਦੇ ਅੱਛਾ ਬਲਾਓ ਉਹਨੂੰ ਸੱਦਿਆ ਜਾਂਦਾ ਬੱਚੇ ਨੂੰ ਕੋਲ ਹੋ ਰਹੀ ਸੀ ਗੁਰੂ ਗੋਵਿੰਦ ਸਿੰਘ ਮਹਾਰਾਜ ਕਹਿਣ ਲੱਗੇ ਐਸੀ ਸਜ਼ਾ ਦੇਵਾਂਗੇ ਇਸ ਬੱਚੇ ਨੂੰ ਪੰਥ ਯਾਦ ਰੱਖੇਗਾ ਕੋਲ ਬੁਲਾਇਆ ਕੋਲ ਬੈਠੇ ਸੀ ਗੁਰੂ ਗੋਵਿੰਦ ਸਿੰਘ ਦੇ ਪੁੱਤਰ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਥਾਪੜਾ ਮਾਰ ਕੇ ਕਿਹਾ ਜਿੱਦਾਂ ਦਾ ਮੇਰਾ ਜੋਰਾਵਰ ਸਿੰਘ ਇਹ ਐ ਉਦਾਂ ਦਾ ਮੇਰਾ ਜੋਰਾਵਰ ਸਿੰਘ ਇਹ ਐ ਮੇਰਾ ਇੱਕ ਜੋਰਾਵਾਰ ਨਹੀਂ ਮੇਰੇ ਦੋ ਦੋ ਜੋਰਾਵਰ ਪੁੱਤਰ ਨੇ ਐਡਾ ਮਾਣ ਕੋਈ ਦੇ ਸਕਦਾ ਅਸੀਂ ਤਾਂ ਜਾਤਾਂ ਪਾਤਾਂ 'ਚ ਬੰਡੇ ਹੋਏ ਆਂ ਐਡਾ ਮਾਣ ਜੇ ਕੋਈ ਦੇ ਸਕਦਾ ਉਹ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਸਕਦਾ ਉਹੀ ਜੋਰਾਵਰ ਸਿੰਘ ਕਹਿਣ ਲੱਗਿਆ ਪਾਸ਼ਾ ਜੀ ਪੁੱਤਰ ਤਾਂ ਸ਼ੀਧੀਆਂ ਪਾ ਗਏ ਨੇ ਤੇ ਮੈਂ ਪਾਸ਼ਾ ਕਹਿੰਦੇ ਸਮਾਂ ਆਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਇਦਮਾਤਪੁਰ ਇਦਮਾਤਪੁਰ ਤੋਂ ਪੁਸ਼ਕਰ ਪੁਸ਼ਕਰ ਤੋਂ ਅੱਗੇ ਚਤੌੜ ਗੜ ਗੰਭੀਰੀ ਨਦੀ ਦੇ ਕੰਡੇ ਦੇ ਉੱਤੇ ਫਿਰ ਪੜਾਉ ਕੀਤਾ ਜਾਂਦਾ ਆਪਣੇ 20 ਸਿੰਘਾਂ ਦੇ ਨਾਲ ਇੱਕ ਕਿਲਾ ਦੇਖਣ ਜਾਂਦੇ ਨੇ ਉੱਥੇ ਚੜੱਪ ਹੋ ਜਾਂਦੀ ਹੈ ਉਸ ਚੜੱਪ ਦੇ ਵਿੱਚ ਉਹ ਇਹਨੂੰ ਕਹਿੰਦੇ ਨੇ ਵੀ ਤੂੰ ਹਥਿਆਰ ਛੱਡ ਕੇ ਕਿਲੇ ਦੇ ਅੰਦਰ ਆ ਇਹ ਕਹਿਣ ਲੱਗਿਆ ਨਹੀਂ ਜੀ ਮੈਂ ਨਹੀਂ ਆ ਸਕਦਾ ਪ੍ਰਿੰਸੀਪਲ ਸਤਵੀਰ ਸਿੰਘ ਦੀ ਕਿਤਾਬ ਹੈ ਇਤੀਜਨ ਕਰੀ ਉਸ ਕਿਤਾਬ ਨੂੰ ਪੜਿਓ ਉਸ ਕਿਤਾਬ ਦੇ ਵਿੱਚ ਇਹਦੀ ਪੂਰੀ ਡਿਟੇਲ ਦਿੱਤੀ ਹੋਈ ਹੈ ਹਰਜਿੰਦਰ ਸਿੰਘ ਦਲਗੀਰ ਨੇ ਬੜੀ ਸੋਹਣੀ ਇਹਦੇ ਤੇ ਡਿਟੇਲ ਦਿੱਤੀ ਹੈ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਦੇ ਉੱਤੇ ਤੇ ਉਸ ਸਮੇਂ ਬਾਬਾ ਜੋਰਾਵਾਰ ਸਿੰਘ ਕਹਿਣ ਲੱਗੇ ਕਲਗੀਧਰ ਦਾ ਪੁੱਤ ਬਿਨਾ ਸ਼ਸਤਰਾਂ ਤੋਂ ਨਹੀਂ ਰਹਿ ਸਕਦਾ ਕਿਸੇ ਨੇ ਦੱਸਿਆ ਵੀ ਇਹ ਗੁਰਗੋਬਿੰਦ ਸਿੰਘ ਦਾ ਫਰਜੰਦ ਹੈ ਤੇ ਕਹਿਣ ਲੱਗੇ ਇਹਨੂੰ ਅਸੀਂ ਇੱਥੇ ਹੀ ਮਾਰਾਂਗੇ ਉਸ ਲੜਾਈ ਦੇ ਵਿੱਚ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਜੀ ਸ਼ਹੀਦ ਹੋ ਜਾਂਦੇ ਨੇ ਜਿਹੜੇ ਭਾਈ ਮਾਨ ਸਿੰਘ ਜੀ ਗੁਰਗੋਬਿੰਦ ਸਿੰਘ ਨਾਲ ਇਸ ਕਿਲੇ 'ਚ ਨੇ ਇਹੀ ਭਾਈ ਮਾਨ ਸਿੰਘ ਜੀ ਪਾਲਤ ਪੁੱਤਰ ਬਾਬਾ ਜੋਰਾਵਾਰ ਸਿੰਘ ਨੂੰ ਬਚਾਉਣ ਗਏ ਨੇ ਇਹਨਾਂ ਦੇ ਮੱਥੇ ਤੇ ਮਦਾਨਤ ਨਾਮ ਦਾ ਮੁਗਲ ਗੋਲੀ ਮਾਰ ਕੇ ਮਾਨ ਸਿੰਘ ਨੂੰ ਵੀ ਸ਼ਹੀਦ ਕਰ ਦਿੰਦਾ 21 ਸਿੰਘ ਚਤੌੜਗੜ ਦੀ ਧਰਤੀ ਤੇ ਸ਼ਹੀਦ ਹੁੰਦੇ ਨੇ ਜੀ ਪਰ ਅੱਜ ਤੱਕ ਉਹਨਾਂ ਦਾ ਕੋਈ ਆਸਾਨ ਨਹੀਂ ਬਣਿਆ ਚਤੌੜਗੜ ਆਖਰੀ ਸਮੇ ਗੁਰਗੋਬਿੰਦ ਸਿੰਘ ਜੀ ਦੇ ਨਾਲ ਦੇ ਸਿੰਘ ਸ਼ਹੀਦ ਹੁੰਦੇ ਨੇ ਵਾਪਸ ਹੋਣਿਆ ਇਹ ਜੋਰਾਵਾਰ ਸਿੰਘ ਸੀ ਹੁਣ ਗੱਲ ਕਰਾਂਗੇ ਬਚਿੱਤਰ ਸਿੰਘ ਜੀ ਬਾਬਾ ਬਚਿੱਤਰ ਸਿੰਘ ਜੀ ਨੂੰ ਇਸ ਜਗ੍ਹਾ ਤੇ ਛੱਡ ਕੇ ਗੁਰਗੋਬਿੰਦ ਸਿੰਘ ਮਹਾਰਾਜੀ ਅੱਗੇ ਚਾਲੇ ਪਾ ਦਿੰਦੇ ਨੇ ਕਿਉਂਕਿ ਤਿੰਨ ਚਾਰ ਸਿੰਘ ਆ ਕੇ ਦੱਸਦੇ ਨੇ ਜੀ ਰੋਪੜ ਨੂੰ ਘੇਰਾ ਪੈ ਚੁੱਕਿਆ ਤੇ ਤੁਹਾਡੀਆਂ ਤਲਾਸ਼ੀਆਂ ਲੱਤੀਆਂ ਜਾ ਰਹੀਆਂ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਨਿਹੰਗ ਖਾਂ ਤੁਹਾਡੇ ਨਾਲ ਪ੍ਰੇਮ ਬੜਾ ਹੈ ਅਸੀਂ ਚੱਲੇ ਆ ਇੱਕ ਤਾਂ ਇਹ ਸਾਡਾ ਸਿੰਘ ਜੋਰਾਵਰ ਸਿੰਘ ਇਹਨੂੰ ਤਾਂ ਬੱਗਾ ਸਿੰਘ ਤੇ ਗੁਰਸਾ ਸਿੰਘ ਨਾਲ ਘਰ ਹੈ ਉੱਥੇ ਛੱਡ ਦਿੰਦੇ ਨੇ ਤੇ ਬਚਿੱਤਰ ਸਿੰਘ ਦੀ ਤੁਸੀਂ ਨੇ ਸੇਵਾ ਕਰਨੀ ਹੈ ਜੇ ਕਿਤੇ ਇਹ ਸ਼ਹੀਦੀ ਜਮ ਪੀ ਜਾਂਦੇ ਨੇ ਕਿਉਂਕਿ ਫੱਟ ਲੱਗੇ ਹੋਏ ਸੀ ਤੇ ਤਾਂ ਤੁਸੀਂ ਇਹਨਾਂ ਦਾ ਸੰਸਕਾਰ ਕਰ ਦੇਣਾ ਇਹ ਵੀ ਜ਼ਿਕਰ ਆਉਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਤਪੋਉ ਨੂੰ ਦਿਨੇ ਇੱਥੇ ਪਹੁੰਚਦੇ ਨੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਚਾਲੇ ਪਾ ਦਿੰਦੇ ਨੇ ਕਿੱਥੇ ਚੱਲਦੇ ਨੇ ਉਹ ਆਪਾਂ ਅੱਗੇ ਇਤਿਹਾਸ ਵਿੱਚ ਸ੍ਰਵਣ ਕਰਾਂਗੇ ਹੁਣ ਉਸ ਤੋਂ ਬਾਅਦ ਇਸ ਕਿਲੇ ਨੂੰ ਜਦੋਂ ਪਤਾ ਲੱਗਦਾ ਅਲੀ ਖਾਂ ਵਰਗਿਆਂ ਨੂੰ ਪਤਾ ਲੱਗਦਾ ਉਹ ਕਿਸ ਕਿਲੇ ਨੂੰ ਆ ਕੇ ਘੇਰਾ ਪਾ ਲੈਂਦੇ ਨੇ ਕਹਿਣ ਲੱਗੇ ਨੇ ਨਿਹੰਗ ਖਾਂ ਤੇਰੇ ਕੋਲ ਗੁਰੂ ਗੋਬਿੰਦ ਸਿੰਘ ਜੀ ਨੇ ਲਾ 10 ਕੱਢ ਉਹਨਾਂ ਨੂੰ ਬਾਹਰ ਉਹ ਕਹਿਣ ਲੱਗੇ ਸਾਰਾ ਕਿਲਾ ਤੁਹਾਡੇ ਸਾਹਮਣੇ ਆ ਜੀ ਆਪ ਜੀ ਪੂਰੇ ਕਿਲੇ ਦੀ ਤਲਾਸ਼ੀ ਲੈ ਲਓ ਆ ਤੁਸੀਂ ਕਿਲਾ ਦੇਖ ਰਹੇ ਆ ਮੇਰੇ ਪਿੱਛੇ ਕਮਰੇ ਦੇ ਦੇਖ ਰਹੇ ਹੋ ਅੱਜ ਵੀ ਆ ਟੱਠੇ ਹੋਏ ਹਾਲਾਤ ਵਿੱਚ ਇਹ ਕਿਲਾ ਮੌਜੂਦ ਹੈ ਜੀ ਇੱਕ ਪੰਥ ਦੀ ਧਰੋਹ ਰਹਿ ਕਹਿ ਲਿਏ ਇਹ ਇਤਿਹਾਸ ਬੋਲ ਦਿਆਂ ਨੇ ਕੰਧਾਂ ਇਹ ਇਤਿਹਾਸ ਦੱਸ ਦਿਆਂ ਨੇ ਇਹਨਾਂ ਨੂੰ ਤੋੜ ਕੇ ਨਮਾ ਨਾ ਬਣਾਇਆ ਜਾਵੇ ਸੰਭਾਲਿਆ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਸੰਗਤ ਜੀ ਜਦੋਂ ਵੀ ਤੁਸੀਂ ਕਦੇ ਆਨੰਦਪੁਰ ਸਾਹਿਬ ਨੂੰ ਜਾਓ ਇਸ ਕਿਲੇ ਨੂੰ ਜ਼ਰੂਰ ਵੇਖ ਕੇ ਜਾਓ ਕਿ ਕਿਲਾ ਅੱਜ ਵੀ ਮੌਜੂਦ ਹੈ ਉਸ ਸਮੇਂ ਜਦੋਂ ਘੇਰਾ ਪਾਇਆ ਜਾਂਦਾ ਅਲੀ ਖਾਨ ਵੱਲੋਂ ਬੱਚੇ ਪਰਿਵਾਰ ਬਾਹਰ ਕੱਢਿਆ ਜਾਂਦਾ ਅਲੀ ਖਾਨ ਕਹਿਣ ਲੱਗਿਆ ਸਾਰੇ ਤਲਾਸ਼ੀ ਲੈ ਕੇ ਜਦੋਂ ਕੁਝ ਨਹੀਂ ਮਿਲਿਆ ਇੱਕ ਕਮਰਾ ਸੀ ਕਹਿਣ ਲੱਗੇ ਇਹ ਕਮਰਾ ਖੋਲੋ ਤੇ ਕੋਟਲਾ ਨਿਹੰਗ ਖਾਨ ਕਹਿਣ ਲੱਗਿਆ ਦੇਖ ਮੇਰੀ ਬੇਟੀ ਤੇ ਮੇਰਾ ਜਵਾਈ ਅੰਦਰ ਸੁੱਤੇ ਪਏ ਨੇ ਕਹੇ ਤਾਂ ਮੈਂ ਦਰਵਾਜਾ ਖੋਲ ਦੰਨਾ ਪਰ ਇਸਲਾਮ ਧਰਮ ਦੇ ਵਿੱਚ ਧੀ ਦੇ ਕੋਲ ਜੇ ਜਵਾਈ ਹੋਵੇ ਤਾਂ ਦਰਵਾਜਾ ਨਹੀਂ ਖੋਲ ਸਕਦੇ ਤੋਹੀਨ ਹੈ ਆਵਾਜ਼ ਮਾਰਦੇ ਨੇ ਬੇਟੀ ਹਾਂਜੀ ਪਿਤਾ ਜੀ ਤੇ ਅਲੀ ਖਾਂ ਕਹਿ ਲਗਾ ਰਹਿਣ ਦੋ ਉਸ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਸੀ ਜਿਹਦਾ ਭਰਾ ਪਿੱਛੇ ਭਾਈ ਉਦੇ ਸਿੰਘ ਜੀ ਸ਼ਹੀਦ ਹੋ ਚੁੱਕਿਆ ਇਹ ਉਹੀ ਬਚਿੱਤਰ ਸਿੰਘ ਨੇ ਜਿਹਦੇ ਲੋਹਗੜ੍ਹ ਕਿਲੇ ਦੇ ਵਿੱਚ 나ਗਣੀ ਮਾਰ ਕੇ ਹਾਥੀ ਦਾ ਸਿਰ ਪਾੜਿਆ ਸੀ ਇਹ ਉਹੀ ਬਚਿੱਤਰ ਸਿੰਘ ਨੇ ਅੱਜ ਉਹੀ ਬਚਿੱਤਰ ਸਿੰਘ ਇਸ ਘਰ ਦੇ ਵਿੱਚ ਨੇ ਤੇ ਬੀਬੀ ਮਮਤਾਜ ਇਨਾਂ ਦੇ ਕੋਲ ਹੈ ਜਦੋਂ ਪਿਤਾ ਨੇ ਇੰਨੀ ਗੱਲ ਕਹੀ ਨਾ ਕਿ ਅੰਦਰ ਮੇਰੀ ਧੀ ਤੇ ਮੇਰਾ ਜਮਾਈ ਸੁੱਤਾ ਹੀ ਪਏ ਨੇ ਤੇ ਉਸ ਸਮੇਂ ਬੀਬੀ ਮਮਤਾਜ ਭਾਈ ਬਚਿੱਤਰ ਸਿੰਘ जख्मी ਦੇ ਪੱਟੀਆਂ ਕਰ ਰਹੀ ਸੀ ਕੋਈ ਮਨ ਵਿੱਚ ਇੱਕ ਸਿੱਖ ਸੀ ਪਰ ਜਦੋਂ ਹੀ ਪਿਤਾ ਨੇ ਇਹ ਗੱਲ ਕਹੀ ਮੇਰੀ ਧੀ ਤੇ ਮੇਰਾ ਜਮਾਈ ਤਾਂ ਇਸ ਨੇ ਪਿਤਾ ਦੇ ਬਚਨਾਂ ਤੇ ਫੁੱਲ ਚੜਾਉਂਦੇ ਹੋਏ ਤਾਂ ਬਚਿੱਤਰ ਸਿੰਘ ਦੇ ਕਦਮਾਂ 'ਚ ਸਿਰ ਰੱਖ ਦਿੱਤਾ ਮੇਰੇ ਪਿਤਾ ਨੇ ਕਹਿ ਦਿੱਤਾ ਕਬੂਲ ਹੈ ਮੈਨੂੰ ਵੀ ਕਬੂਲ ਹੈ ਕਿ ਡੀ ਸ਼ਰਦਾ ਕਿੰਨਾ ਪ੍ਰੇਮ ਕਿੱਡਾ ਵਿਸ਼ਵਾਸ ਅਸੀਂ ਕਹਿ ਦੰਨੇ ਆ ਕਿ ਜੇ ਮੁਸਲਮਾਨ ਕਸਮਾ ਖਾਨ ਜੀ ਕਦੇ ਕੋਈ ਮੁਸਲਮਾਨ ਇਹ ਕਹ ਲਈ ਇੱਕ ਇੱਕ ਬੰਦੇ ਦੇ ਪਿੱਛੇ ਸਾਰਾ ਧਰਮ ਮਾੜਾ ਨਹੀਂ ਹੁੰਦਾ ਹਾਂ ਹਮਲੇ ਕਿਤੇ ਨੇ ਮੁਗਲਾਂ ਨੇ ਹਮਲੇ ਕਿਤੇ ਨੇ ਬੁਰਾ ਕੀਤਾ ਅਸੀਂ ਉਹਨਾਂ ਦਾ ਨਾਮ ਵੀ ਲੈਣੇ ਆ ਜੇ ਕਿਤੇ ਪੀਰ ਬੁੱਧੂ ਸ਼ਾਹ ਵਰਗੇ ਹੁੰਦੇ ਨੇ ਉਹ ਕਿੱਥੇ ਜਾਣਗੇ ਕਿਹੜੀ ਲਾਈਨ 'ਚ ਖੜੇ ਕਰੋਗੇ ਉਹਨਾਂ ਨੂੰ ਸੰਗਤ ਜੀ ਤੁਹਾਡੇ ਅੱਗੇ ਇਤਿਹਾਸ ਹੈ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਹੁਣ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਗੇ ਚਲੇ ਜਾਂਦੇ ਨੇ ਬਚਿੱਤਰ ਸਿੰਘ ਜੀ जख्मਾਂ ਦੀ ਤਾਓ ਨਾ ਚੱਲਦੇ ਹੋਏ ਸ਼ਹੀਦੀ ਪ੍ਰਾਪਤ ਕਰ ਦਿੰਦੇ ਨੇ ਉਹਨਾਂ ਦਾ ਇਸੇ ਕਿਲੇ ਦੇ ਵਿੱਚ ਸੰਸਕਾਰ ਕੀਤਾ ਜਾਂਦਾ ਅੱਜ ਯਾਦ ਵਿੱਚ ਇਹ ਇੱਕ ਖੂਹ ਦੇਖ ਰਹੇ ਹਾਂ ਜਿਹੜਾ ਜੀ ਇਸੇ ਖੂਹ ਦੇ ਉੱਤੇ ਕਦੇ 6ਵੇਂ ਪਾਤਸ਼ਾਹ ਕਦੇ 7ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਉਂਦੇ ਰਹੇ ਨੇ ਇਸੇ ਖੂਹ ਦੇ ਨੇੜੇ ਇੱਕ ਅੰਗਿੱਠਾ ਸਾਹਿਬ ਯਾਦਗਾਰ ਬਣਾਈ ਹੋਈ ਹੈ ਕਿ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ ਗਿਆ ਕੁਝ ਸਮਾਂ ਲੰਘਦਾ ਜੀ ਚਮਕੌਰ ਦੀ ਜੰਗ ਹੋ ਜਾਂਦੀ ਹੈ ਗੁਰਗੋਬਿੰਦ ਸਿੰਘ ਅੱਗੇ ਚੱਲੇ ਜਾਂਦੇ ਨੇ ਕੁਝ ਸਮੇਂ ਬਾਅਦ ਇਹ ਜਿਹੜੀ ਬੇਟੀ ਨੂੰ ਕਿਹਾ ਜਾਂਦਾ ਪੁੱਤ ਤੇਰੀ ਅਸੀਂ ਮੰਗਣੀ ਕੀਤੀ ਸੀ ਗੱਲ ਕੀਤੀ ਸੀ ਬਸੀ ਪਠਾਣਾ ਦੇ ਬਹੁਤ ਵੱਡਾ ਪਠਾਨ ਹੈ ਕੀ ਤੇਰਾ ਨਿਕਾਹ ਕਰਨਾ ਹੈ ਕਹਿ ਲੱਗੀ ਪਿਤਾ ਜੀ ਨਿਕਾਹ ਇੱਕ ਵਾਰ ਹੁੰਦਾ ਦੋ ਵਾਰ ਨਹੀਂ ਜੇ ਹੁੰਦਾ ਮੈਂ ਤਾਂ ਜਿਸ ਦਿਨ ਤੁਸੀਂ ਕਿਹਾ ਸੀ ਨਾ ਮੇਰੀ ਬੇਟੀ ਤੇ ਜਵਾਈ ਸੁੱਤਾ ਪਿਆ ਨੇ ਮੈਂ ਤਾਂ ਉਸੇ ਦਿਨ ਆਪਣਾ ਸੀਸ ਬਚਿੱਤਰ ਸਿੰਘ ਜੀ ਦੇ ਚਰਨਾਂ ਤੇ ਭੇਟ ਕਰ ਦਿੱਤਾ ਕਿ ਮੈਂ ਐਡੇ ਵੱਡੇ ਸ਼ਹੀਦ ਦੀ ਪਤਨੀ ਕਹਾ ਕੇ ਮੈਨੂੰ ਮਾਣ ਮਿਲੇਗਾ ਅੱਜ ਧੀਓ ਮੇਰੀਓ ਭੈਣੋ ਤੁਸੀਂ ਪਿਤਾ ਦੀ ਪੱਗ ਨੂੰ ਉਤਾਰਨ ਲੱਗੀਆਂ देर ਨਹੀਂ ਜੇ ਲਾਉਂਦੀਆਂ ਸਿੱਖਾਂ ਦੀਆਂ ਬੱਚੀਆਂ ਨੂੰ ਮੈਂ ਬੇਨਤੀ ਕਰਾਂਗਾ ਆਹ ਪੜੋ ਕੁਰਬਾਨੀ ਇਹਨਾਂ ਬੀਬੀਆਂ ਦਾ ਇਤਿਹਾਸ ਪੜੋ ਕਿੱਡੀਆਂ ਕੁਰਬਾਨੀਆਂ ਨੇ ਆਪਣੇ ਬਾਪ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਸਾਰੀ ਉਮਰ ਪਿਤਾ ਨੇ ਕਿਹਾ ਪੁੱਤ ਤੇਰੀ ਉਮਰ ਬੜੀ ਲੰਬੀ ਐ ਕਹਿੰਦੀ ਹਾਂ ਪਿਤਾ ਜੀ ਮੇਰੀ ਉਮਰ ਦੁੱਗਣੀ ਵੀ ਹੋ ਜਾਵੇ ਮੈਂ ਭਜਨ ਦੇ ਅੰਦਰ ਜ਼ਿੰਦਗੀ ਗੁਜ਼ਾਰ ਦੇਵਾਂਗੀ ਪਰ ਮੈਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਦੇ ਨਾਲ ਚਰਨਾ ਤੇ ਸੀਸ ਰੱਖ ਕੇ ਉਹਨੂੰ ਪਤੀ ਮੰਨਿਆ ਉਸੇ ਨੂੰ ਪਤੀ ਮੰਨਾਂਗੀ ਕਿੱਡੀ ਵੱਡੀ ਕੁਰਬਾਨੀ ਐ ਨਿਹੰਗ ਖਾਨ ਨੇ ਫਿਰ ਆਪਣੀ ਬੇਟੀ ਦੇ ਲਈ ਪਿੰਡ ਬੜੀ ਦੇ ਵਿੱਚ ਚੱਲਦੇ ਆ ਜੀ ਉੱਥੇ ਕਿਲਾ ਬਣਾਇਆ ਕੀ ਇਤਿਹਾਸ ਆ ਕਿਲੇ ਦਾ ਕਿਵੇਂ ਬੀਬੀ ਉੱਥੇ ਰਹਿੰਦੀ ਰਹੀ ਕਿੰਨੀ ਉਮਰ ਉਸ ਬੀਬੀ ਦੀ ਹੋਈ ਇਤਿਹਾਸ ਨਾਲ ਜੁੜੇ ਰਹੋ ਚੱਲਦੇ ਰਾਵਾਂਗੇ ਸਫਰਾਂ ਤੇ ਦੱਸਦੇ ਰਾਵਾਂਗੇ ਇਤਿਹਾਸ ਦਾਸਤਾਂ ਸਫਰੇ ਸ਼ਹਾਦਤ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਾਣੀ న్యూਸ ਮਿਊਜ਼ਿਕ ਐਂਟਰਟੇਨਮੈਂਟ ਸ਼ੋ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਵੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਲਦੀ ਕਲਾ ਮੀਡੀਆ ਨੈਟਵਰਕ ਐਪ